ਸਾਰਿਆਂ ਤੋਂ ਪਹਿਲਾਂ ਦੱਸੋ ਸਸਰੀ ਗਾਲ ਜਿੰਨੇ ਵੀ ਭਰਾ ਆਪਣੇ ਪੇਜ ਨਾਲ ਜੁੜੇ ਨੇ ਪੇਜ ਨੂੰ ਫੋਲੋ ਕਰ ਲਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਬਈ ਆਪਾਂ ਨਾ ਦਰਖਤ ਲਾਉਣ ਦੀ ਸੇਵਾ ਕੀਤੀ ਜਿਵੇਂ ਕਹਿੰਦੇ ਹੁੰਦੇ ਨੇ ਮਾਂ ਬੂੜ ਦੀ ਛਾਂ ਇਹ ਬਹੁਤ ਘੱਟ ਮਿਲਦੀ ਹੈ ਤੇ ਉਸੇ ਤਰ੍ਹਾਂ ਹੀ ਆਪਣੇ ਕੋਲੇ ਚਾਰ ਮੋٹے ਸੀ ਬਈ ਇਹ ਚਾਰੇ ਦੋ ਪੀਪਲ ਸੀ ਤੇ ਦੋ ਬੋਰਡ ਸੀਗੇ ਤੇ ਬਈ ਆਪਾਂ ਵੀਡੀਓ ਪਾਉਣ ਦੇ ਵਿੱਚ ਲੇਟ ਹੋ ਗਏ ਛੇ ਤਰੀਕ ਦੀ ਵੀਡੀਓ ਆ ਤੇ ਆਪਾਂ ਸਾਰੀ ਟੀਮ ਨੇ ਸੋਚਿਆ ਬਈ ਇਹ ਕਿਸੇ ਨਾ ਸਾਂਝੀ ਜਗ੍ਹਾ ਤੇ ਲਾਵਾਂਗੇ ਆਪਾਂ ਤੇ ਆ ਬਾਈ ਨੇ ਵੀ ਗਿਆ ਸੀ ਕਹਿੰਦਾ ਬਈ ਮੈਂ ਵੀ ਸਹਿਯੋਗ ਪਾਉਂਗਾ ਬੈਸੀ ਸਾਡੀ ਸਾਰੀ ਟੀਮ ਦਾ ਬੜਾ ਸਹਿਯੋਗ ਸੀ ਅਸੀਂ ਰਲ ਮਿਲ ਕੇ ਸਾਰੇ ਨੇ ਖੋਤਨੇ ਸ਼ੁਰੂ ਕਰੇ ਸ਼ਾਮ ਦੇ ਟਾਈਮ ਤੇ ਤੇ ਖੋਤਕੇ ਬਾਈ ਇਹਨਾਂ ਦੇ ਮਿੱਟੀ ਵਗੈਰਾ ਪਾ ਕੇ ਅਸੀਂ ਗੱਡੇ 'ਚ ਧਰ ਕੇ ਇਹਨਾਂ ਨੂੰ ਲੈ ਗਏ ਤੇ ਸਭ ਤੋਂ ਪਹਿਲਾਂ ਬਾਈ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਤੇ ਉੱਥੇ ਬਾਈ ਕਹਿੰਦਾ ਦਰਖਤਾਂ ਦੀ ਕਮੀ ਆ ਪਾ ਉੱਥੇ ਲਾਵਾਂਗੇ ਤੇ ਬਾਈ ਨੂੰ ਬੜਾ ਚਾ ਚੜਿਆ ਯਾਰ ਤੇ ਜੀ ਟੀਮ ਦੇ ਤਿੰਨ ਮੈਂਬਰ ਪਹੁੰਚੇ ਉੱਥੇ ਤੇ ਸਾਨੂੰ ਹਨੇਰਾ ਕਾਫੀ ਹੋ ਗਿਆ ਸੀ ਭਾਈ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਬੈੱਲ ਦੇ ਬਟਨ ਨੂੰ ਜਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਆ ਜਿਹੜਾ ਮੁੰਡਾ ਡਰਾਈਵਰ ਦੇ ਬੈਠਾ ਜਿਹਦਾ ਵੀ ਬੜਾ ਸਹਿਯੋਗ ਸੀਗਾ ਯਾਰ ਇਣੀ ਬੇਸੀ ਕਹੀ ਨਾਲ ਨਹੀਂ ਕੰਮ ਕੀਤਾ ਨਾ ਇਣੀ ਸਹਿਯੋਗਾਂ ਦਾ ਭਾਈ ਮੈਂ ਨਾਲ ਜਰੂਰ ਲੱਗੂ ਆ ਤੁਹਾਡੇ ਤੇ ਆ ਭਾਈ ਬੜਾ ਖੁਸ਼ ਹੋਇਆ ਯਾਰ ਦੇਖ ਟੋਆ ਫਟ ਦਾ ਵੀ ਕਿੱਡਾ ਖੁਸ਼ ਹੋਇਆ ਤੇ ਕਹਿੰਦਾ ਆਪਾਂ ਇੰਟਰਨੈਟ ਤੇ ਵੀਡੀਓ ਜ਼ਰੂਰ ਪਾਵਾਂਗੇ ਕਹਿੰਦਾ ਇਹਨਾਂ ਦਾ ਵੀ ਆਪਾਂ ਹੈਪੀ ਬਰਥਡੇ ਨਾ ਹਰ ਸਾਲ ਸੈਲੀਬ੍ਰੇਟ ਕਰਿਆ ਕਰਾਂਗੇ ਕਿਉਂਕਿ ਬਈ ਇਨਸਾਨ ਦੀਆਂ ਪਿੱਛੇ ਜਾਦਾਂ ਹੀ ਰਹਿ ਜਾਣੀਆਂ ਕਹਿੰਦਾ ਹੋ ਸਕਦਾ ਚੱਲਾ ਆਪਾਂ ਹੋਈਏ ਨਾ ਹੋਈਏ ਬਾਕੀ ਪ੍ਰਮਾਤਮਾ ਕਰੇ ਆਪਦਾ ਕਹਿਣਾ ਬਈ ਵਧੀਆ ਲੰਮੀ ਉਮਰ ਹੋਵੇ ਇਹ ਦਰਖਤ ਲਾਉਣ ਵਾਲਿਆਂ ਦੀ ਵੀ ਤੇ ਦਰਖਤਾਂ ਦੀ ਤੇ 90 ਨੇ ਰਾ ਕਾਫੀ ਹੋ ਗਏ ਸੀਗੇ ਤੇ ਆ ਬਾਈ ਨੂੰ ਵੀ ਬੜਾ ਚਾ ਸੀਗਾ ਜੀ ਤੇ ਅਸੀਂ ਬਾਈ ਇਹਨਾਂ ਨੂੰ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਲਾ ਕੇ ਤੇ ਇਹਨਾਂ ਦੇ ਵਿੱਚ ਅਸੀਂ ਸਾਡੇ ਕੋਲ ਪਾਣੀ ਦਾ ਇੰਤਜ਼ਾਮ ਉਸ ਟਾਈਮ ਘੱਟ ਸੀਗਾ ਤੇ ਅਸੀਂ ਇਹਨਾਂ ਦੇ ਵਿੱਚ ਤਿੰਨ ਤਿੰਨ ਬਾਲਟੀਆਂ ਪਾ ਕੇ ਅਸੀਂ ਸੋਚਿਆ ਵੀ ਸਵੇਰੇ ਪਾਵਾਂਗੇ ਪਾਣੀ ਇਹਨਾਂ ਵਿੱਚ ਤੇ ਅਸੀਂ ਬਾਈ ਲਾ ਕੇ ਸੋਭਾ ਫਿਰ ਅਸੀਂ ਇਹਨਾਂ ਵਾਸਤੇ ਸਪੈਸ਼ਲ ਡਰਮ ਲੈ ਕੇ ਗਏ ਬਾਈ ਪਾਣੀ ਦਾ ਆ ਦੇਖੋ ਬਈ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਸਾਨੂੰ ਕਿਉਂਕਿ ਸਾਡੇ ਕੋਲੇ ਤਿੰਨ ਇੱਕ ਘੰਟਿਆਂ ਦਾ ਟ੍ਰੀਟਮੈਂਟ ਸੀਗਾ ਇਹਦਾ ਤੇ ਤਿੰਨਾਂ ਘੰਟਿਆਂ ਜੀ ਅਸੀਂ ਕੰਪਲੀਟ ਕਰਤਾ ਇਹਨਾਂ ਨੂੰ ਚਾਰੇ ਦਰਖਤ ਲਾਤੇ ਬਈ ਤੇ ਆਹ ਦੇਖੋ ਬਈ ਲਾਸਟ ਤੇ ਆਪਾਂ ਜਿਹੜਾ ਛੋਟਾ ਸੀਗਾ ਬੋੜੇ ਨੂੰ ਵੀ ਲਾਇਆ ਬਈ ਇਹਦੇ ਪੱਤੇ ਤਿੰਨ ਚਾਰ ਸਾਰੇ ਤੇ ਬਾਈ ਨੂੰ ਵੀ ਬੜਾ ਚਾਹ ਸੀਗਾ ਯਾਰ ਦਰਖਤ ਲਾਉਣ ਦਾ ਕਹਿੰਦਾ ਆਪਾਂ ਵੀ ਰੁੱਖ ਲਾਵਾਂਗੇ ਤੇ ਸੇਵਾ ਕਰਾਂਗੇ ਬਈ ਇਹ ਆਪਾਂ ਨੂੰ ਆਕਸੀਜਨ ਬਹੁਤ ਦਿੰਦੇ ਆ ਬਈ ਦਰਖਤ ਲਾਉਣੇ ਵੀ ਬਹੁਤ ਜ਼ਰੂਰੀ ਹੈ ਤੇ ਇਹ ਬੋਰਡ ਤੇ ਪੀਪਲ ਦੀ ਸ਼ਾਮ ਬੜੀ ਹੁੰਦੀ ਇੱਕ ਬਈ ਉਸ ਤੋਂ ਬਾਅਦ ਅਸੀਂ ਬਈ ਦੂਜੇ ਦਿਨ ਗਏ ਤੇ ਦੂਜੇ ਦਿਨ ਇਹਨਾਂ ਨੂੰ ਸਪੈਸ਼ਲ ਡਰਮ ਲੈ ਕੇ ਗਏ ਤੇ ਆ ਬਾਈ ਨੇ ਚਾਰ ਚਫਰੇ ਵੱਟ ਬਣਾਈ ਬਈ ਵਧੀਆ ਮਜ਼ਬੂਤ ਵੱਟ ਤੇ ਪਾਣੀ ਦਾ ਬਾਈ ਅਸੀਂ ਇੱਕ ਡਰਮ ਪਾਤਾ ਉਸ ਤੋਂ ਪਹਿਲਾਂ ਆਪਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਬੈੱਲ ਦੇ ਬਟਨ ਨੂੰ ਜਰੂਰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਆਪਾਂ ਬਈ ਤਿੰਨ ਦਰਖਤ ਇੱਥੇ ਲਾਤੇ ਸੀਗੇ ਦੋ ਬੋਰਡ ਲਾਤੇ ਇੱਕ ਪੀਪਲਾ ਦਾ ਆ ਦੋ ਤਾਂ ਬਈ ਵੱਡੇ ਸੀ ਪੂਰੇ ਉਸ ਤੋਂ ਬਾਅਦ ਆਪਾਂ ਬਾਬਾ ਮਾਨੀ ਦਾਸ ਦੀ ਡੇਰੇ ਜਿਹੜਾ ਇੱਕ ਦਰਖਤ ਲਾਇਆ ਸੀ ਉਹਨੂੰ ਵੀ ਪਾਣੀ ਪਾਇਆ ਤੇ ਅਸੀਂ ਬਈ ਵੀਡੀਓ ਇਸ ਕਰਕੇ ਬਣਾਈ ਹੈ ਕਿਉਂਕਿ ਇਹਨਾਂ ਦਾ ਹਰ ਸਾਲ ਆਪਾਂ ਬਰਥਡੇ ਜਿਹੜਾ ਸੈਲੀਬ੍ਰੇਟ ਕਰਾਂ ਕਰਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ